ਹਾਂਜੀ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਵੀ ਸਾਰੇ ਜਾਣੇ ਤੁਸੀਂ ਕੈਂਟ ਹੋਗੇ ਅਤੇ ਮੈਂ ਤੁਹਾਡਾ ਆਪਣਾ ਤਾਲੀਵਾਲ ਤੁਸੀਂ ਦੇਖ ਰਹੇ ਹੋ ਤਾਲੀਵਾਲ ਗੇਮਿੰਗ। ਅਤੇ ਬਾਈ ਜੀ, ਹਰ ਇੱਕ ਨਵੀਆਂ ਵੀਡੀਓ ਦੇ ਲਈ ਅਤੇ ਬੈਲ ਦੇ ਆਈਕਨ ਨੂੰ ਦਬਾ ਲਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਅਤੇ ਫਾਰਮਿੰਗ ਵਾਲਿਓ, ਨਵੇਂ ਨਵੇਂ ਮੋਡ FS19 ਅਤੇ 22 ਵਾਲਿਆਂ ਦੀ ਆ ਰਹੇ ਨੇ, ਠੀਕ ਹੈ? ਅਤੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਵੇਂ ਨਵੇਂ ਸਰਪ੍ਰਾਈਜ਼ ਮਿਲਦੇ ਆ। ਅਤੇ ਮਿਲਦੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ। ਲੋ ਮੁੰਡੇ, ਉਹ ਕਹਿੰਦੇ ਵੀ ਟਰੈਕਟਰ ਦਾ ਕੰਮ ਕਰਾਉਣਾ ਸੀ ਕੁਛ, ਅਤੇ ਨਾਲ ਦੇ ਨਾਲ ਹੀ ਲੈ ਕੇ ਕਰਾ ਕੇ ਲੈ ਗਏ, ਅਤੇ ਕਹਿੰਦੇ ਚੋਬਰ ਦੱਬਦੇ ਨਹੀਂ ਅਤੇ ਨਾਲੇ ਇਹਦੀ ਲੋੜ ਪੈ ਗਈ ਅੱਜ। ਕਹਿੰਦੇ ਕੱਲ੍ਹ ਨਾ ਯਾਰ ਸਵਰਾਜ, ਇੱਕ ਤਾਂ ਯਾਰ ਆਹ ਬੜਾ ਗੰਦਾ ਕੰਮ ਸਿੱਟ ਲਈ, ਕਹਿੰਦੇ ਸਵਰਾਜ ਦੇ ਟਾਇਰਾਂ 'ਚ ਕੋਈ ਚੱਕਰ ਪੈ ਗਿਆ ਸੀ। ਚੱਲ ਚੱਲ, ਕੀ ਹੋਈ ਜਾਂਦਾ ਤੈਨੂੰ? ਲਓ ਵੀ ਮੁੰਡੇ, ਯਾਰ ਇਹਦੇ ਮੀਟਰ ਫੇਰ ਨਹੀਂ ਮਿਸਤਰੀ ਨੇ ਚਲਾਇਆ। ਚੱਲ ਮੀਟਰਾਂ ਦਾ ਕਰਾ ਦਿਆਂ ਕੰਮ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਚੈੱਕ ਕਰੋ ਤੁਸੀਂ ਟਰੈਕਟਰ, ਬਾਕੀ ਅਤੇ ਲੋਕਾਂ ਜਿਸ ਨੂੰ ਮੈਂ ਪ੍ਰੋਪਰ ਦਿਖਾਈ ਨਹੀਂ ਦਿਖਾਉਣੀ, ਲੁੱਕ ਜਦੋਂ ਪਹੁੰਚ ਗਏ ਆਪਾਂ ਉੱਥੇ ਖੇਤ, ਅਤੇ ਨਾਲੇ ਆਪਣੇ ਵੱਲ ਨੂੰ ਕਰਦੇ ਆਪਾਂ ਆਚਰਾ ਚੱਕਿਤ, ਉਹੀ ਹੁੰਦਾ ਹਾਂ। ਫੇਰ ਖਿੱਚਾਂਗੇ ਟਰਾਲੀਆਂ, ਕਹਿੰਦੇ ਮੇਰੇ ਵੀਰਿਓ, ਕਹਿੰਦੇ ਝੋਟਾ ਆਉਂਦਾ। ਝੋਟਾ ਫੁੱਕਦਾ ਹੀ ਆਉਂਦਾ, ਮਲਾ ਲੈ ਗਏ ਟਰਾਲੀਆਂ ਸਤੰਦਰ, ਇੰਨੇ ਤੇਜ਼ ਗੱਭਰੂ। ਅਲੀਆਂ ਤਾਂ ਲੈ ਗਏ, ਮੈਂ ਤਾਂ ਟਰੈਕਟਰ ਨਵੀਆਂ ਆਉਂਦੀਆਂ ਉਹ ਕੱਢ ਲੈ, ਉਹ ਕੱਢ ਦੇਣਾ ਨਵੀਆਂ ਆਉਂਦੀ ਹੈ। ਆਹ ਚੈੱਕ ਕਰੋ ਤੁਸੀਂ, ਉਹ ਤੇ ਹਾਰ ਅੱਖੇ ਨੂੰ ਬੱਲਾ ਹੱਬ ਬੱਲਾ। ਆਹ ਚੈੱਕ ਕਰੋ ਨਖਰਾ, ਇਹਨੂੰ ਚੈੱਕ ਕਰੋ ਤੁਸੀਂ, ਅੰਜਾਨ ਤਾਂ ਝੋਟੇ 'ਚ ਵੀ ਹੈ। ਲੈ ਜਾ। ਨਹੀਂ ਨਹੀਂ ਉਹ ਲਿਆਉਣਾ ਥੱਲਿਓ, ਥੱਲਿਓ ਲਿਆਵਾਂਗੇ, ਅੜੇ ਕੰਡੇ ਕੱਢਾਂਗੇ। ਇਹ ਕਿੱਥੇ ਲਾਉਣੀ ਆ ਮੈਨੂੰ ਦੱਸ ਦੇ ਫਿਰ। ਇੱਕ ਇਹ ਤਾਂ ਗੁਨਸ਼ਾਨ ਬਾਈ ਦੀਆਂ ਨੇ, ਪੁੱਛ ਲੈ ਇਹਨਾਂ ਨੂੰ ਕਿੱਥੇ ਲਾਉਣੀਆਂ ਨੇ। ਲਓ ਵੀ ਮੁੰਡਿਓ, ਆਹ ਟਰੈਕਟਰ ਦਾ ਲਿੰਕ ਤੁਹਾਨੂੰ ਮਿਲਣਾ, ਤਾਂ ਕਿਹੜੀਆਂ ਟਰਾਲੀਆਂ ਪਾਉਣੀਆਂ ਦੋ ਇਹਦੇ ਮਗਰ। ਹੁਣ ਆਹ ਕੱਢੀ ਖੜੇ ਉੱਥੇ ਯਾਰ, ਪਤਾ ਗੇ ਬ੍ਰੇਕ ਵਾਲਾ ਕੰਮ, ਪਤਾ ਨਹੀਂ ਗੇਮ ਦਾ ਚੱਕਰ ਜਿਹਾ ਪੈ ਰਿਹਾ, ਪਤਾ ਨਹੀਂ ਕੀ ਚੱਕਰ ਹੈ, ਕਈ ਟਰੈਕਟਰ ਦੀ ਬ੍ਰੇਕ ਲੱਗਦੀ ਬਹੁਤ ਘੱਟ ਆ। ਗੁਸ਼ਾਨ ਸਿਆ ਕਿੱਥੇ ਲਾਉਣੀ ਹੈ ਇਹਨੂੰ? ਬਾਈ ਲਾ ਦੇ ਨਾਲ ਦੇ ਖੇਤ ਵਿੱਚ, ਉੱਥੋਂ ਮੈਂ ਲੈ ਜੂੰਗਾ, ਉਹ ਨਾਲ ਦਾ ਸੜਕ ਤੇ ਲਾ ਦਿੱਤੀ। ਹਾਂ ਹਾਂ ਬਸ ਠੀਕ ਆ, ਸੜਕ ਤੇ ਉਹ ਕੱਢ ਕੇ ਲਾ ਦਿੱਤੀਆਂ ਆਪਾਂ ਬਾਹਰ, ਇੱਥੋਂ ਹੀ ਆਲੂ ਚਲਾ ਕੇ ਵੇਚਣੇ ਆ ਨਾ। ਅਸੀਂ ਦੱਬਦੇ ਆ ਯਾਰ ਕਿਸੇ ਗੱਲੋਂ, ਅਸੀਂ ਦਬ ਨਾਲੇ ਦੇਣੀ ਨੀ ਜਾਮੇ ਵੀਰ। ਗੌਰਵ ਸਵਰਾਜ ਦੇ ਜੱਕ ਲਈ ਜਾਂਦਾ ਓਏ, ਗੌਰਵ ਬਿੱਲ ਐ ਗੌਰਵ, ਅੱਜ ਜਾਨ ਬਾਈ ਲੈ ਜਾ, ਉਹਨੇ ਤੇਲ ਤੂਲ ਕੱਢ ਕੇ ਲੈ ਜਾਣਾ, ਸਾਡਾ ਬੰਦਾ ਚੋਰ ਨਹੀਂ ਐ, ਚੋਰ ਐ। ਉਹਦੇ ਕੋਲ ਜਾ, ਤੁਹਾਨੂੰ ਲਾਂਭਾ ਦੇਣਾ ਪੈਣਾ ਲੱਗਦਾ ਤੁਹਾਡੇ ਨਿੱਕੇ ਮੁੰਡੇ ਦਾ, ਸ਼ੈਤਾਨ ਉਹ ਜੱਕ ਲਾ ਕੇ ਲੈ ਜਾਂਦਾ ਉਹਦਾ ਉਹਦਾ ਕੋਈ। ਹਾਂਜੀ
ਉਹ ਬੈਵਤੀ ਹੈ ਵੀਰ ਕਿਕੜੀ ਜਾਂਦਾ ਹੈਲੋ ਓਏ ਆ ਕਿਹੜਾ ਸੀ ਟਰੈਕਟਰ ਵਾਲਾ ਕੀ ਹੋਇਆ ਆ ਕੌਣ ਸੀ ਅਰਮਾਨ ਬਾਈ ਟਰਾਲੀ ਬਾਈ ਭਰਨ ਵਾਲੀ ਆ ਥੋੜੀ ਜਿਹੀ ਕਿਹਨਾਂ ਆਪਣਾ ਮੁੰਡੇ ਨੂੰ ਕਹੋ ਦੂਜੇ ਨੂੰ ਡਰਾਈਵਰ ਯਾਰ ਦੋ ਟਰਾਲੀਆਂ ਬੈਕ ਲਾਉਣੀਆਂ ਔਖੀਆਂ ਐ ਖੜ ਜਾ ਮੈਂ ਟਰੈਕਟਰ ਪਾਸੇ ਕਰਨਾ ਤੂੰ ਲੈ ਜਾਏਗਾ ਕਹਿੰਦਾ ਲੈ ਜੂ ਟੋਆ ਪਿੱਛੇ ਟੋਆ ਇਹ ਉਹ ਸੁੱਟ ਲਈ ਦਬਦਾ ਥੋੜੀ ਦੇਖ ਝੋਟਾ ਝੋਟਾ ਹੀ ਝੋਟਾ ਸੀ ਆ ਜਾਓ ਵੀ ਆ ਜਾਓ ਇੰਦਰ ਆ ਮਾਨੂੰ ਆਪ ਨੂੰ ਟੈਨਸ਼ਨ ਪੈ ਗਈ ਤੂੰ ਫੇਰ ਆਵਾਜ਼ ਮਾਰ ਲਈ ਆ ਟਰਾਲੀ ਭਰ ਗਈ ਹੋਣ ਲੱਗੇ ਜਦੋਂ ਇਹ ਆਵਾਜ਼ ਮਾਰਦਾ ਨਾ ਮੈਂ ਸਹੀ ਦੱਸਾਂ ਕਿਲੋ ਹੈ ਮੱਡੋ ਦੇ ਨਾਲ ਟਰਾਲੀ ਪੁੱਲੇ ਕਰਕੇ ਤੋਰੀਏ ਉਹਨੂੰ ਕੰਮ ਲਾਈਏ ਟਰਾਲੀ ਬੋਲ ਤੋਂ ਪਹਿਲਾਂ ਹੀ ਬਹਿ ਗਈ ਯਾਰ ਯਾਰ ਫੇਰ ਕਹ ਤੈਨੂੰ ਕੰਮ ਨੀ ਕਰਦਾ ਤੂੰ ਕੰਮ ਛੱਡ ਕੇ ਭੱਜ ਜਾਣਾ ਕੰਮ ਤੁਸੀਂ ਟਰਾਲੀ ਆਉਂਦੀ ਟਰਾਲੀ ਆਉਣ ਦੀ ਹਾਲਾਤ ਚੋ ਵੀ ਤਾਂ ਲੈ ਕੇ ਆਈਏ ਪਰ ਕੀ ਕਰੀਏ ਹੁਣ ਦੱਸ ਯਾਰ ਮੈਨੂੰ ਕੋਈ ਨੌਕਰੀ ਹੋਰ ਲੱਭਣੀ ਪਊ ਯਾਰ ਨਾ ਯਾਰ ਮੇਰੀ ਗੱਲ ਛੱਡ ਜਾ ਇਹਦਾ ਇਹਦਾ ਹਿਸਾਬ ਕਰ ਦਿਓ ਹਿਸਾਬ ਅੱਜ ਛੱਡ ਜਾ ਅੱਜ ਛੱਡ ਜਾ ਮੈਂ ਆਪ ਫੇਰ ਲਿਆਉਂਦਾ ਯਾਰ ਮਸ਼ੀਨਾਂ ਮਸ਼ੀਨਾਂ ਸਭ ਕੁਝ ਕੋਈ ਨਹੀਂ ਲਿਆ ਲਿਆ ਓਏ ਹਿਸਾਬ ਸੂਬ ਹੈ ਓਏ ਹਿਸਾਬ ਸੂਬ ਤੇ ਲੈਣ ਵਾਲੇ ਹੋਣਗੇ ਲਿਆਓ ਪੈਸੇ ਭੇਜੋ ਪੈਸੇ ਕਿੰਨੇ ਕੁ ਪੈਸੇ ਹੋ ਗਏ 1 ਲੱਖ 2 ਲੱਖ ਉਹ ਛੋਟਾ ਸੱਚੀ ਚੱਲ 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 ਬਸ 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 ਚੱਲ ਬਈ ਚੱਲ ਚੱਲ ਬਈ ਲੈ ਗਿਆ ਬਈ ਟਰੈਕਟਰ ਟਰੈਕਟਰ ਕਹਿੰਦੇ ਤਕੜਾ ਬਈ ਲਾਉਂਦਾ ਮਾਰਦਾ ਜੋਰ ਚੋਬਰ ਓਏ ਕਿੰਨੇ ਫੜ ਲਿਆ ਟਰੈਕਟਰ ਕੀ ਕਹਿੰਦੇ ਹੋ ਯਾਰ ਲੈ ਕੇ ਜਾਊਗੇ ਤਾਂ ਨਹੀਂ ਦੱਸੋ ਨਹੀਂ ਆਈ ਪਿੰਡ ਡੈਫਨ ਹੋ ਗਿਆ ਡੈਫਨ ਕੋਈ ਨੂੰ ਫੋਨ ਲਾ ਸਾਲਾ ਕਿਤੇ ਵੀਡੀਓ ਬਣਾਉਣੀ ਹੈ ਨੈਕਸਟ ਵਾਲੀ ਪੂਰੀ ਕੇ ਜਾਂਦੇ ਨੇ ਰੁੱਸ ਗਿਆ ਰੁੱਸ ਗਿਆ ਡਰਾਈਵਰ ਸਾਡਾ ਉਹ ਫਿਰ ਡੰਗਰਾਂ ਲੈ ਨਾ ਗਿਆ ਹੋਵੇ ਬਾਈ ਲਓ ਮੁੰਡਿਓ ਲਾ ਫੋਨ ਹੋਵੇ ਕਹਿੰਦੇ ਵੀ ਦੇਖਦੇ ਹੁਣ ਦੋ ਟਰਾਲੀਆਂ ਕਹਿੰਦੇ ਜੌਂਡੀਅਰ ਨਿਸ਼ੂ ਦੇਸ ਵਾਲਾ ਫੁੱਲ ਭਰੀਆਂ ਨੇ ਆਲੂਆਂ ਦੀਆਂ ਕਹਿੰਦੇ ਅੱਜ ਪਤਾ ਲੱਗੂ ਬੈਲੀਆਂ ਦੇ ਜ਼ੋਰ ਦਾ ਹੈ ਚੱਕਦਾ ਨਹੀਂ ਪਿਆ ਬਾਈ ਫੋਨ ਗੌਰਵ ਬਣ ਜਾ ਡਰਾਈਵਰ ਅਭੀ ਚੌਥੇ ਹਾਈ ਚ ਫਿਰਦਾ ਇੱਥੇ ਤਾਂ ਸੜਕ ਤੱਕ ਦੇਖੋ ਕੀ ਬਣਦਾ ਚੱਕਦਾ ਨਹੀਂ ਪਿਆ ਕੋ
ਲੋ ਵੀ ਮੇਰੇ ਵੀਰਿਓ ਇਹ ਜਾਣਦੇ ਜਾਣਦੇ ਲੈ ਗਿਆ ਬਸ ਲੈ ਗਿਆ ਇਹ ਲੈ ਗਿਆ ਲੈ ਗਿਆ ਲੈ ਗਿਆ ਇਹ ਕਹਿੰਦੇ ਆਓ ਗਿਆ ਕਹਿੰਦੇ ਆਓ ਗਿਆ ਆਓ ਗਿਆ ਤੇ ਆਓ ਗਿਆ ਉਹ ਬਾਈ ਚੌਥੇ ਹਾਈ ਚ ਕਹਿੰਦੇ ਮੇਰੇ ਵੀਰੇ ਝੋਟਾ ਝੋਟਾ ਬਾਈ ਚੌਥੇ ਹਾਈ ਚ ਕਹਿੰਦੇ ਬਾਈ ਚੌਥੇ ਹਾਈ ਚ ਹਟ ਜਾ ਅੱਗੇ ਮੇਰੇ ਵਾਲੀ ਲੱਗੀਆਂ ਚਲ ਆ ਜਾ ਚਲ ਦੇ ਚੌਥੇ ਹਾਈ ਦੇ ਵਿੱਚ ਤੇ ਬਾਈ ਇਧਰ ਅਸੀਂ ਨਿੱਕਾ ਜਿਹਾ ਟੋਚਨਾ ਕਰਾ ਕੇ ਦੇਖਦੇ ਹਾਂ ਸਵਰਾਜ ਵਰਸੇ ਕਹਿੰਦੇ ਜੌਂਡੀਅਰ ਕੀ ਬਣਦਾ ਆ ਜਾਓ ਮੁੰਡੇ ਜੇ ਦੇਖੋ ਲੈ ਜਾਾਂਗੇ ਤੇ ਟਰਾਲੀਆਂ ਬਾਈ ਕਹਿੰਦਾ ਹੱਚ ਓਏ ਬਾਈ ਨੂੰ ਖੜਾ ਕੇ ਜਾਣੀ ਉਹ ਕਹਿੰਦਾ ਆਪੇ ਲੈ ਜਾਣਗੇ ਗਾਹਾਂ ਇੱਥੋਂ ਇੱਥੇ ਕੱਢ ਦਿੰਦਾ ਮੈਂ ਵੀ ਹਾਂ ਨਾ ਲਾਤੀ ਫਿਰ ਓਏ ਓਏ ਉੱਤੇ ਨਾ ਓਏ ਭੈਣ ਦਿਆ ਵੀਰਾ ਕੀ ਕਰੀ ਜਾਂਦਾ ਉਹ ਜੱਟ ਉਹਨੂੰ ਕਹ ਟਰੈਕਟਰ ਸਾਈਡ ਤੇ ਕਰ ਲੈ ਟਰਾਲੀਆਂ ਦਾ ਜ਼ੋਰ ਹੈ ਪਿੱਛੋਂ ਟਰੈਕਟਰ ਬਣਾਉਣਾ ਤੂੰ ਹੈ ਭੈਣ ਦੇ ਵੀਰ ਸੱਚੀ ਔਖਾ ਇਹਨਾਂ ਦਾ ਬਹੁਤ ਔਖਾ ਹੈ ਮੰਨਦੇ ਹੋ ਇਹਨਾਂ ਦਾ 1000% ਔਖਾ ਲੈ ਵੀ ਮੇਰੇ ਵੀਰੋ ਕਹਿੰਦੇ ਟਰਾਲੀਆਂ ਕੱਢਤੀਆਂ ਟੋਚਨਾ ਦਾ ਜ਼ੋਰ ਅੱਜ ਪਤਾ ਲੱਗੂ ਕਹਿੰਦੇ ਬੈਲੀਆਂ ਦਾ ਜ਼ੋਰ ਦਾ ਇੱਥੇ ਸੜਕ ਤੇ ਲਾ ਲਈਏ ਟੋਚਨਾ ਫਿਰ ਫੱਟੀ ਪਾ ਲੈ ਓਏ ਫੱਟੀ ਪਾ ਲੈ ਦੇਖਦੇ ਆ ਫਿਰ ਕਿਹੜਾ ਘਰੋਂ ਲੈ ਫੱਟੀ ਪਾ ਲਓ ਫੱਟੀਆਂ ਰੱਖ ਲਓ ਫੱਟੀਆਂ ਫੱਟੀਆਂ ਪਾ ਕੇ ਜਿਹੜੀਆਂ ਰੱਖਣੀਆਂ ਆਉਂਦੇ ਆ ਫੱਟੀ ਪਾ ਖਿੱਚਣਾ ਅੱਜ ਓਏ ਉੱਤਰੀ ਟਰੈਕਟਰ ਤੂੰ ਹੁੰਦੀ ਨਹੀਂ ਕੋਈ ਆਪਸ਼ਨ ਲੈਣ ਦੇ ਫਿਰ ਇਦਾਂ ਹੀ ਪਾ ਲੈ ਯਾਰ ਚੈੱਕ ਕਰੋ ਤੁਸੀਂ ਟਰੈਕਟਰ ਦੀ ਲੁੱਕ ਜੇ ਤੁਹਾਨੂੰ ਵਧੀਆ ਲੱਗਦੀ ਹੈ ਨਾ ਤਾਂ ਤਾੜੀਆਂ ਜ਼ਰੂਰ ਮਾਰ ਦਿਓ ਮੇਰੇ ਵੀਰੋ ਕਹਿੰਦੇ ਵੈਸੇ ਤਾਂ ਤਾੜੀਆਂ ਤਾੜੀਆਂ ਕਹਿੰਦੇ ਰੁਕਣੀਆਂ ਨਹੀਂ ਚਾਹੀਦੀਆਂ ਦੇਖੋ ਵੈਸੇ ਤਾਂ ਟੋਚਣ ਵਾਲਾ ਕੰਮ ਸਾਡਾ ਹੁੰਦਾ ਯਾਰ ਮਤਲਬ ਜਿੱਦਣ ਦਿਨ ਹੁੰਦੇ ਨੇ ਠੀਕ ਹੈ ਮਤਲਬ ਅਸੀਂ ਆ ਉਹ ਅਸੀਂ ਟੋਚਣ ਟੱਚ ਨਹੀਂ ਪਾਉਂਦੇ ਕਿਉਂਕਿ ਹੁਣ ਸਾਰੀ ਤੇਰੇ ਕੀ ਟੋਚਣ ਪਾਈ ਚੱਲੀ ਹੈ ਨਾ ਤੇ ਇਹਨਾਂ ਨੇ ਕੀ ਟੋਚਣ ਪਾਈ ਹਾਰਨਾ ਹੀ ਇਹਨੂੰ ਤੇ ਆ ਹੁਣ ਟਰੈਕਟਰ ਕਹਿੰਦੇ ਜੌਂਡੀ ਯਾਰ ਮੇਰੇ ਵੀਰੋ ਬਾਈ ਇਹਦੀ ਸ਼ੋਅ ਲੈਂਦੀ ਕਰਕੇ ਦੇਵਾਂਗੇ ਤੁਹਾਨੂੰ ਥੋੜ੍ਹੇ ਟਾਈਮ ਨੂੰ ਅਜੇ ਨਹੀਂ ਅਬੀ ਨਹੀਂ ਤੋਂ ਚੈੱਕ ਕਰੋ ਤੁਸੀਂ ਯਾਰ ਕਿੱਧਰ ਗਿਆ ਮੁੰਡਾ ਖੇਤ ਹੀ ਪਾਉਣਾ ਖੇਤ ਆ ਜਾਓ ਫਿਰ ਅਸੀਂ ਕਿਹੜਾ ਦੱਬਦੇ ਹਾਂ ਅਭੀ ਬੱਚਾ ਹੈ ਗੌਰਵ ਕੀ ਕਹਿ ਰਿਹਾ ਫਿਰ ਭੱਟੀ ਸਾਹਿਬ ਜਿੱਤਣਗੇ ਕਿ ਅਸੀਂ ਨਾਲੇ ਤੂੰ ਟੈਂਸ਼ਨ ਐਵੇਂ ਨਾ ਵਾਲਾ ਕਰ ਗੌਰਵ ਦਾ ਸੁੱਤਾ ਭੱਟੀ ਜਾਗ ਜਾਂਦਾ ਹੁੰਦਾ ਚੱਲਾ ਅਰਮਾਨ ਭਾਈ ਲੱਗਦਾ ਹੈ ਅਰਮਾਨ ਭਾਈ ਜੀਤੇ ਓਏ ਆ ਕੰਮ ਧੱਕਾ ਤੇਰਾ ਪੱਟੀ ਕੀ ਸਾਡੀ ਲਿਫਟ ਉੱਚੀ ਆਪ ਲਿਫਟ ਥੱਲੇ ਕਰਕੇ ਉਹਦੀ ਜਾ ਕੇ ਤਾਹੀਂ ਥੱਲੇ ਕਰਾਂਗੇ ਹਾਂ ਉਹਦੀ ਲਿਫਟ ਨੀਮੀ ਕਰ ਤੇ ਆ ਡੰਡਾ ਚੱਕ ਕੇ ਤਾਹ ਰੱਖੋ ਏ ਓਏ ਦਾ ਕੈਮਰਾ ਕਿੱਥੇ ਹੈ ਹੈਲੋ ਹਾਂ ਗੇਅਰ ਗੂਰ ਕੱਢ ਕੇ ਜਾਈਦਾ ਓਏ ਲਿਫਟ ਚੱਕੋ ਮੜੀ ਜੀ ਕਰ ਬੈਕ ਪੱਟੀ ਪਹਿਲੀ ਡਰੀ ਜਾਂਦਾ ਯਾਰ ਪੱਟੀ ਪੱਟੀ ਹੁਣ ਜਾ ਪੱਟੀ ਨੇ ਇਹਦਾ ਕੁਛ ਕਰਤਾ ਹੁਣ ਨਾ ਕਹਿੰਦੇ ਮੇਰੇ ਵੀਡੀਓ ਆ ਜਾ ਪੱਟੀ ਚਲੋ ਆ ਗਿਣ ਦਿਓ ਜੀ ਕਹਿੰਦੇ ਇੱਕ ਪਾਸੇ ਗੁਰਸ਼ਾਨ ਨਹੀਂ ਗੁਰਸ਼ਾਨ ਕਿਹਦੇ ਨਾਲ ਆ ਤੂੰ ਮੈਂ ਸਾਨ ਬਾਈ ਭਾਲੀ ਆ ਬਾਈ ਚਲੋ ਜੀ ਤੇ ਮੈਂ ਪੱਟੀ ਸਾਹਿਬ ਨਾਲ ਓਕੇ ਜੀ ਚਲੋ ਇੱਕ ਦੋ ਤਿੰਨ ਸਭ ਬੇਇੱਜ਼ਤੀ ਨਾ ਕਰਾਇਓ
ਅਗਲਾ ਲੈਗ ਓਏ 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 ਮੈਂ ਕਿਵੇਂ ਜਾਣ ਦੀ ਰਿਵਿਊ ਕਰੇ ਅਰੇ ਤਾਂ ਸੋਚਣਾ ਗੇਰ ਨਹੀਂ ਪਾਇਆ ਜੱਟ ਨੇ ਹਜੇ ਤਾਂ ਅਸੀਂ ਵੀ ਨਹੀਂ ਪਾਇਆ ਓਏ ਹੋਏ ਹੋਏ ਜਾਂਦੋ ਅਰਮਾਨ ਭਾਈ ਜਾਂਦੋ ਘਰੇ ਛੱਡ ਕੇ ਆਊਂਗਾ ਜਿਹਨੂੰ ਮੈਂ ਕਿਉਂ ਗੌਰਵ ਜਾਂਦਾ ਧਾਲੀਵਾਲ ਬਾਈ ਵਾਲਾ ਟਰੈਕਟਰ ਐਂ ਖਿੱਚ ਲਈਦਾ ਬੋਲੀ ਦਾ ਨਹੀਂ ਹੁੰਦਾ ਵੀਰੇ ਗੌਰਵ ਨੂੰ ਬੜਾ ਕਰ ਯਾਰ ਚਲੋ ਚਲੋ ਅਰਮਾਨ ਭਾਈ ਜਿੰਦਾਬਾਦ ਅਰਮਾਨ ਭਾਈ ਜਿੰਦਾਬਾਦ ਚੱਲ 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 ਜਾਣ ਦੋ ਜਾਣ ਦੋ ਵੇਟ ਕਮ ਹੈ ਵੇਟ ਉਹ ਖੜੇ ਨਹੀਂ ਹੁੰਦਾ ਬਦੰਦਰ ਮੂਹਰੋਂ ਵੇਟ ਕਮ ਹੈ ਸਵਰਾਜ ਉਹ ਕਦਾ ਹੁੰਦਾ ਚੁੱਕੀ ਪਈ ਹੈ ਮਡਗਾਰਡ ਤੇ ਲਿਫਟ ਲਗਾਓ ਅਰਮਾਨ ਭਾਈ ਲਿਫਟ ਵੇਟ ਜ਼ਿਆਦਾ ਹੈ ਭਾਈ ਜੂਨੀਅਰ ਮੇ ਜਦੋਂ ਚੀਟਿੰਗ ਹੈ ਡੈਕ ਡੈਕ ਕਾ ਵੇਟ ਤੇ ਮਡਗਾਰਡ ਟਾਇਰ ਵੀ ਉੱਚੇ ਉੱਚੇ ਬੰਫਰ ਵੀ ਬੜਾ ਹੈ ਮੇਰੇ ਵੀਡੀਓ ਬੰਫਰ ਬੰਫਰ ਓਏ ਕਿ ਤੈਨੂੰ ਸਮਝਾਓ ਬੰਫਰ ਅਰਮਾਨ ਭਾਈ ਰੁਕੋ ਮੇਰੇ ਕੋ ਲਗਾ ਕੇ ਦੇਖਨੇ ਦੋ ਇੱਕ ਵਾਰ ਟੋਕਨ ਅਰਮਾਨ ਕਹਿੰਦਾ ਮੈਂ ਪੈਸੇ ਜਿੱਤ ਜਾ ਤੂੰ ਮੈਂ ਵੇੜਾ ਭਾ ਲੇਗਾ ਕੋਈ ਨਹੀਂ ਕੋਈ ਨਹੀਂ ਅਰਮਾਨ ਭਾਈ ਇੱਕ ਵਾਰ ਲਗਾ ਕੇ ਦੇਖਨੇ ਦੋ ਦੇਖ ਕਿਆ ਪਤਾ ਜਿੱਤ ਵੀ ਜਾਊਂ ਕੋਈ ਪੱਕੀ ਵਾਰ ਅਰੇ ਚਲੋ ਚਲੋ ਆ ਜਾਓ ਆ ਜਾਓ ਆਈ ਜਾਂਦੀ ਤੈਨੂੰ ਤਾਂ ਉਹ ਕਰੇ ਲੈ ਜੂ ਗੌਰਵ ਬੈਠੋ ਹੁਣ ਆਓ ਤੈਨੂੰ ਤਾਂ ਮਾਮਾ ਚੜਾਈ ਤੇ ਵੀ ਲੈ ਗਿਆ ਉਹ ਅਮਰੇ ਬਹਿ ਜੇ ਬੇੜਾ ਤੇ ਨਾ ਫੱਟੀ ਕਿੱਥੇ ਚਾੜਤੀ ਸੇਵੀ ਦੋ ਬਾਰ ਹੈਲੋ ਨਹੀਂ ਨਹੀਂ ਭਾਈ ਇੱਕ ਦੋ ਤਿੰਨ ਕਰਵਾਉਣੀ ਚਾਹੀਏ ਥੀ ਚੱਲ ਭਾਈ ਪਹਿਲਾਂ ਲਾ ਇਹਦਾ ਗੌਰਵ ਮੈਂ ਤਾਂ ਇੰਨੀ ਕੋਈ ਤੂੰ ਪੱਧਰੇ ਨਹੀਂ ਕਰਾਈ
ਉਹ ਫੱਟੀ ਮੈਂ ਸੋਚਦਾ ਫੱਟੀ ਨੀਚੇ ਆ ਜਾਣਾ ਇੱਕ ਵਾਰੀ ਬੰਦ ਕਰ ਲੈਂਦਾ ਟਰੈਕਟਰ ਸੜਕ ਤੇ ਲੈ ਕੇ ਚੱਲ ਫਿਰ ਬੈਗ ਪਾ ਗਿਆ ਚੱਲ ਗਰਮ ਹੁਣ ਆਉਣ ਦੇ ਚੱਲ ਗਰਮ ਹੋਰ ਚੱਲ ਗਰਮ ਚੱਲ 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 ਹੈਲੋ ਜੀ ਗਰਮ ਅਰਮਾਨ ਭਾਈ ਇੱਕ ਦੋ ਤਿੰਨ ਕਰਵਾਓ ਉਤਰ ਜਾ ਮੇਰਾ ਭਰਾ ਲੈ ਕਰਵਾ ਲੈ ਇੱਕ ਦੋ ਦਿਨ ਇੱਕ ਦੋ ਦਿਨ ਇੱਕ ਦੋ ਦਿਨ ਸੈੱਟ ਤੋਂ ਕਰਨੇ ਦੋ ਗੇਅਰ ਸੀ ਲੈ ਗਿਆ ਉਹ ਇੱਕ ਦੋ ਤਿੰਨ ਰੇਸ ਫੜ ਲੈਂਦਾ ਰੇਸ ਓਏ ਆ ਰੇਸ ਨੂੰ ਨਹੀਂ ਫੜਦੇ ਹੁੰਦੇ ਫੱਟੀ ਆ ਮੇਰੇ ਦੀ ਫੱਟੀ ਥੱਲੇ ਕਰੀ ਚੱਕ ਕੇ ਓਏ ਆਪਸ਼ਨ ਦੇ ਓਏ ਇਦਾਂ ਨਹੀਂ ਹੋਣੀ ਇਹਨੂੰ ਦੋਵਾਂ ਚੀਜ਼ਾਂ ਲਾ ਦੇ ਚੱਲ ਕੋਈ ਨਾ ਇਹਨੂੰ ਕਹਿ ਤੂੰ ਆ ਕਰ ਯਾਰ ਇੱਕ ਦੋ ਤਿੰਨ ਕਰ ਇੱਕ ਦੋ ਤਿੰਨ ਸਟੀਅਰਿੰਗ ਸਦਾ ਰੱਖੋ ਸਟੀਅਰਿੰਗ ਵਾਲੇ ਸਦਾ ਰੱਖ ਤਾਂ ਦੇਖੋ ਦੀ ਲਿਫਟ ਵੀ ਨਹੀਂ ਲੱਗ ਰਹੀ ਥੱਲੇ ਫੱਟੀ ਲਾਈ ਬੈਠਾ ਅਜੇ ਮੰਨਦਾ ਕਿ ਆਇਆ ਸੀ ਚੱਲ ਪੜਾ ਚੱਲ ਪੜਾ ਉਹਨੇ ਬੈਕ ਗੇਅਰ ਪਾਇਆ ਭਾਈ ਆ ਜਾਊ ਗੱਲੇ ਅਗਲਾ ਘਰੇ ਲੈ ਚੱਲਿਆ ਤੈਨੂੰ ਉੱਥੇ ਛੱਡੂ ਜਿੱਥੇ ਮੈਂ ਮੁੱਕ ਗਿਆ ਠੀਕ ਹੈ ਸ਼ੰਭੂ ਪਾਟ ਟੱਪ ਗਿਆ ਉਹ ਚੱਲ 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 ਅਰਮਾਨ ਭਾਈ ਜਿੰਦਾਬਾਦ ਜੀ ਵੇਟ ਪੂਰਾ ਕਰਵਾਓ ਤਾਲੀਵਾਲ ਭਾਈ ਤਬ ਹੋਊਗਾ ਅਸਲੀ ਮੁਕਾਬਲਾ ਵੇਟ ਕਰਵਾਓ ਅੱਜ ਦੀ ਵੀਡੀਓ ਇੱਥੇ ਕਰਦਾ ਖਤਮ ਅਤੇ ਟਰੈਕਟਰ ਦੋਨੇ ਤਗੜੇ ਭਾਈ ਇਹ ਤਾਂ ਸਵਾਲ ਲੈ ਰਿਹਾ ਜ਼ਿੰਦਗੀ ਦਾ ਠੀਕ ਹੈ ਨੈਕਸਟ ਅਗਲੀ ਵੀਡੀਓ ਬਹੁਤ ਤਗੜੀ ਚੀਜ਼ ਹੋਵੇ ਤੁਹਾਨੂੰ ਆਪਾਂ ਟੇਕ ਕੇਅਰ ਚਲਦੇ ਬਾਅਦ ਰਹੋ ਆਪਣਾ ਪਿਆਰ